ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ। 15 ਅਕਤੂਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਦੀ ਚੋਣ ਦੇ ਲਈ ਵੋਟਾਂ ਪੈਣਗੀ। 27 ਸਤੰਬਰ ਤੋਂ ਨੋਮੀਨੇਸ਼ਨ ਸ਼ੁਰੂ ਹੈ, 4 ਅਕਤੂਬਰ ਨੋਮੀਨੇਸ਼ਨ ਦੀ ਆਖਰੀ ਤਰੀਕ। ਇੰਨਾ ਲੰਬਾ ਸਮਾਂ ਚੋਣਾਂ ਲਟਕਾਉਣ ਦੇ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣਾਂ ਦੀ ਤਿਆਰੀਆਂ ਮੁਕੰਮਲ ਨਹੀਂ ਕਰ ਸਕੀ। ਪਰਸੋਂ ਤੋਂ ਨੋਮੀਨੇਸ਼ਨ ਸ਼ੁਰੂ ਹੈ ਤੇ ਅੱਜ ਤੱਕ ਵੋਟਰ ਲਿਸਟਾਂ ਦਾ ਕੋਈ ਅਤਾ ਪਤਾ ਨਹੀਂ। ਇੱਕ ਦੋ ਵੀਡੀਓ ਸਹਿਬਾਨਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਵੋਟਰ ਲਿਸਟਾਂ ਉਹਨਾਂ ਕੋਲ ਵੀ ਨਹੀਂ ਪਹੁੰਚੀ ਤੇ ਪਰਸੋਂ ਨੂੰ ਨੋਮੀਨੇਸ਼ਨ ਭਰਨੀ ਕਿੱਦਾਂ। ਇਸੇ ਤਰੀਕੇ ਰਿਜ਼ਰਵੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਸ਼ੰਕੇ ਨੇ, ਮੁੱਖ ਮੰਤਰੀ ਦੇ ਉੱਤੇ, ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਨੇ, ਕਿਉਂਕਿ ਕਿਸੇ ਨੂੰ ਇਹੀ ਨਹੀਂ ਪਤਾ ਕਿ ਮੇਰਾ ਪਿੰਡ ਜਨਰਲ ਹੈ, ਐਸਸੀ ਰਿਜ਼ਰਵ ਹੈ, ਲੇਡੀ ਰਿਜ਼ਰਵ ਹੈ ਤੇ ਪਰਸੋਂ ਨੂੰ ਨੋਮੀਨੇਸ਼ਨ ਭਰਨੀ ਕਿੱਦਾਂ। ਸਰਕਾਰ ਦਾ ਸਾਰਾ ਧਿਆਨ ਪੰਜਾਬ ਨੂੰ ਛੱਡ ਕੇ, ਇਹ ਜਿਹੜੇ ਲੋਕਤੰਤਰ ਦੀ ਨੀਂਹ ਹੈ ਪੰਚਾਇਤਾਂ ਨੂੰ ਛੱਡ ਕੇ ਹਰਿਆਣੇ ਦੇ ਵਿੱਚ ਕੇਂਦਰਿਤ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਲੋਕਤੰਤਰ ਦੀ ਨੀਂਹ ਹੈ ਪੰਚਾਇਤ ਦੀਆਂ ਚੋਣਾਂ, ਸੁਹਿਰਦ ਤਰੀਕੇ ਦੇ ਨਾਲ ਪੰਜਾਬੀਆਂ ਦੀਆਂ ਚੋਣਾਂ ਕਰਾਓ, ਕਿਉਂਕਿ ਇਹ ਭਾਈਚਾਰਕ ਚੋਣਾਂ ਨੇ ਔਰ ਇਹ ਚੋਣਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਧਾਂਦਲੀ ਹੈ ਉਹ ਪੰਜਾਬ ਦੇ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਉਹਨਾਂ ਨੂੰ ਵੀ ਖਰਾਬ ਕਰੂਗੀ ਤੇ ਸਰਕਾਰ ਨੂੰ ਇਹਦੇ ਖਮਿਆਜ਼ੇ ਭੁਗਤਣੇ ਪੈਣਗੇ। ਔਰ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿਹੜੀਆਂ ਚੋਣਾਂ ਦਾ ਸਮਾਂ 8 ਘੰਟੇ ਰੱਖਿਆ ਗਿਆ, ਦੇਖੋ ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ, ਉਹਨਾਂ ਦੇ ਵਿੱਚ ਵੀ 10 ਘੰਟੇ ਨੇ ਔਰ ਉੱਥੇ ਜਿਹੜੀ ਵੋਟਿੰਗ ਪਰਸੈਂਟੇਜ ਆ ਉਹ 60 ਤੋਂ 70% ਤੱਕ ਰਹਿੰਦੀ ਹੈ ਤੇ ਇਹ ਜਿਹੜੀ ਪੰਚਾਇਤਾਂ ਦੀਆਂ ਚੋਣਾਂ ਨੇ ਉਹਨੇ 90-90% ਤੱਕ ਪੋਲਿੰਗ ਹੁੰਦੀ ਹੈ। ਸੋ ਕਿਰਪਾ ਕਰਕੇ ਇਹ ਜਿਹੜਾ ਸਮਾਂ ਹੈ ਇਹ ਵੀ ਵਧਾਇਆ ਜਾਏ। ਸੋ ਸਰਕਾਰ ਇਹਦੇ ਕਨੀ ਧਿਆਨ ਦੇਵੇ ਔਰ ਜੋ ਵੀ ਲੋਕਾਂ ਦੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਕੇ ਬਹੁਤ ਸੁਹਿਰਦ ਤਰੀਕੇ ਦੇ ਨਾਲ ਇਹ ਚੋਣਾਂ ਦਾ ਜਿਹੜਾ ਕੰਮ ਹੈ ਉਹ ਨੇਪਰੇ ਚੜਾਇਆ ਜਾਵੇ।